अक्का जल्दी वापस आ जाए बस, उस वक्त उसे बहुत दुनिया देख पाऊंगे, सारी दुनिया। ਇਹਨਾਂ ਲਈ ਅਸੀਂ ਮਤਲਬ ਜਗ੍ਹਾ ਜਗ੍ਹਾ 'ਤੇ ਜਾਂਦੇ ਸੀਗੇ, ਮਿੰਨਤਾਂ ਕਰਦੇ ਸੀਗੇ, ਮੰਨਤਾਂ ਮੰਗਦੇ ਸੀਗੇ, ਮੱਥਾ ਟੇਕਦੇ ਸੀ ਕਿ ਚਲੋ ਇਹਨਾਂ ਦੀ ਨਿਗਾਹ ਵਾਪਸ ਆ ਜਾਵੇ ਤਾਂ ਤਾਂ ਆਪਣੀ ਅੱਖਾਂ ਤੋਂ ਦੇਖ ਸਕਣ, ਦੁਨੀਆ ਦੇਖ ਸਕਣ। ਜਿਹੜੀ ਮੇਰੀ ਵਾਈਫ ਸੀ ਉਹ ਮਤਲਬ ਮੇਰੀ ਬੱਚਿਆਂ ਲਈ ਉਹੀ ਅੱਖਾਂ ਸੀ ਉਹਨਾਂ ਦੀ, ਉਹਨਾਂ ਦੀ ਅੱਖਾਂ ਨਾਲ ਹੀ ਮੇਰੇ ਬੱਚੇ ਦੇਖ ਪਾਉਂਦੇ ਸੀਗੇ, ਉਹਨਾਂ ਨਾਲ ਹੀ ਸਭ ਕੁਝ ਸੀਗਾ। ਅਤੇ ਹੁਣ ਉਹੀ ਚਲੇ ਗਏ ਆ ਤਾਂ ਮਤਲਬ ਇੱਕ ਤਰ੍ਹਾਂ ਦਾ ਸਭ ਕੁਝ ਖਤਮ ਹੀ ਲੱਗਦਾ। ਜਾਣ ਤੋਂ ਬਾਅਦ ਬੱਚਿਆਂ ਦਾ ਮਤਲਬ ਇਹੀ ਮਤਲਬ ਕਹਿੰਦੇ ਕਿ ਫਟਾਫਟ ਕਿ ਰੱਬ ਕੋਲ ਮੰਮੀ ਗਏ ਆ ਤਾਂ ਨਿਗਾਹ ਸਾਡੀ ਲੈ ਕੇ ਜਲਦੀ ਤੋਂ ਜਲਦੀ ਵਾਪਸ ਆ ਰਹੀ ਹੈ। ਕਹਿੰਦੇ ਨੇ ਕਈ ਵਾਰ ਇਨਸਾਨ ਸੋਨੇ ਨੂੰ ਵੀ ਹੱਥ ਪਾਉਂਦਾ ਤਾਂ ਉਸ ਦੇ ਹੱਥ ਲੋਹਾ ਹੀ ਲੱਗਦਾ ਹੈ, ਭਾਵ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਅਜਿਹਾ ਹੀ ਲੁਧਿਆਣਾ ਦੇ ਸ਼ਿਮਲਾਪੁਰੀ ਕੋਟ ਮੰਗਲ ਸਿੰਘ ਇਲਾਕੇ 'ਚ ਰਹਿੰਦੇ ਇਸ ਪਰਿਵਾਰ ਦੇ ਨਾਲ ਹੋਇਆ। ਦੱਸ ਦਈਏ ਕਿ ਇਸ ਪਰਿਵਾਰ 'ਚ ਦੋ ਬੱਚਿਆਂ ਦੀ ਅੱਖਾਂ ਦੀ ਜੋਤ ਨਹੀਂ ਸੀ, ਜਿਸ ਲਈ ਸਾਰਾ ਪਰਿਵਾਰ ਜਿੱਥੇ ਪਤਾ ਲੱਗਦਾ ਮੰਨਤਾਂ ਮੰਗਣ ਲਈ ਪਹੁੰਚ ਜਾਂਦਾ ਸੀ। ਇਸ ਦੌਰਾਨ ਇੱਕ ਸਮਾਂ ਅਜਿਹਾ ਆਇਆ ਕਿ ਜਦੋਂ ਪਰਿਵਾਰ ਕਿਸੇ ਧਾਰਮਿਕ ਅਸਥਾਨ ਤੋਂ ਵਾਪਿਸ ਆ ਰਿਹਾ ਸੀ ਤਾਂ ਪਰਤਦੇ ਹੋਏ ਹਾਦਸਾ ਹੋ ਗਿਆ। ਇਸ ਹਾਦਸੇ 'ਚ ਬੱਚਿਆਂ ਦੇ ਸਿਰ ਤੋਂ ਮਾਦਾ ਸਾਇਆ ਤਾਂ ਉੱਠ ਗਿਆ, ਬੱਚਿਆਂ ਨੂੰ ਅੱਖਾਂ ਤੋਂ ਤਾਂ ਨਜ਼ਰ ਪਹਿਲਾਂ ਹੀ ਨਹੀਂ ਸੀ ਆਉਂਦਾ, ਪਰ ਹੁਣ ਹਾਦਸੇ ਦੌਰਾਨ ਬੱਚਿਆਂ ਦੀਆਂ ਲੱਤਾਂ ਦੀ ਹੱਡੀਆਂ ਟੁੱਟ ਜਾਣ ਕਾਰਨ ਚੱਲਣਾ ਵੀ ਆਵਾਜ਼ਾਰ ਹੋ ਗਿਆ। ਸਰ ਮੇਰੀ ਬੱਚੀਆਂ, ਮੈਂ ਦੋਨੇ ਵੈਸੇ ਬਚਪਨ ਤੋਂ ਇਹ ਦੋਨੇ ਬਲਾਈਂਡ ਨੇ, ਅਤੇ ਇਹਨਾਂ ਲਈ ਅਸੀਂ ਮਤਲਬ ਜਗ੍ਹਾ ਜਗ੍ਹਾ 'ਤੇ ਜਾਂਦੇ ਸੀਗੇ, ਮਿੰਨਤਾਂ ਕਰਦੇ ਸੀਗੇ, ਮੰਨਤਾਂ ਮੰਗਦੇ ਸੀਗੇ, ਮੱਥਾ ਟੇਕਦੇ ਸੀ ਕਿ ਚਲੋ ਇਹਨਾਂ ਦੀ ਨਿਗਾਹ ਵਾਪਸ ਆ ਜਾਵੇ ਤਾਂ ਤਾਂ ਆਪਣੀ ਅੱਖਾਂ ਤੋਂ ਦੇਖ ਸਕਣ, ਦੁਨੀਆ ਦੇਖ ਸਕਣ। ਅਤੇ ਅਸੀਂ ਪਿਛਲੇ ਮਹੀਨੇ ਵੀ 27 ਜੂਨ ਨੂੰ ਚਿੰਤਪੁਰਨੀ ਗਏ ਸੀਗੇ, ਮੈਂ, ਮੇਰੀ ਵਾਈਫ, ਬੱਚੇ ਅਤੇ ਸਾਡੇ ਕਿਰਾਏਦਾਰ। ਅਤੇ ਉੱਥੋਂ ਦੀ ਵਾਪਸੀ ਆਉਂਦੇ ਹੋਏ ਅਸੀਂ ਜਦੋਂ ਹੁਸ਼ਿਆਰਪੁਰ ਕੋਲ ਪਹੁੰਚੇ ਤਾਂ ਉੱਥੇ ਸਾਡੀ ਕਾਰ ਦੇ ਮੂਹਰੇ ਅਣਜਾਣ ਵਿਅਕਤੀ ਆ ਗਿਆ, ਜਿਹਨੂੰ ਬਚਾਉਂਦੇ ਬਚਾਉਂਦੇ ਮੇਰੀ ਗੱਡੀ ਆਊਟ ਆਫ ਕੰਟਰੋਲ ਹੋ ਗਈ ਅਤੇ ਸਾਈਡ 'ਤੇ ਟਰਾਲੀ ਖੜ੍ਹੀ ਸੀ ਉਹਦੇ ਵਿੱਚ ਜਾ ਵੱਜੀ, ਜਿਹਦੇ ਵਜ੍ਹਾ ਨਾਲ ਮੌਕੇ 'ਤੇ ਹੀ ਮੇਰੀ ਵਾਈਫ ਜੋਤੀ ਮਿੱਤਰ ਉਹ ਤਾਂ ਮੌਕੇ 'ਤੇ ਹੀ ਰੱਬ ਕੋਲ ਚਲੇ ਗਏ। ਅਤੇ ਮੇਰੀ ਜਿਹੜੇ ਦੋਨੇ ਬੱਚੇ ਆ ਉਹਨਾਂ ਦੋਨਾਂ ਲੱਤਾਂ ਦੇ ਵਿੱਚ ਪਲੇਟਾਂ ਪਈਆਂ ਨੇ, ਫ੍ਰੈਕਚਰ ਨੇ, ਅਤੇ ਮੇਰੀ ਛੋਟੀ ਕੁੜੀ ਨਾਲ ਉਹਦੀ ਬਾਂਹ ਦੇ ਵਿੱਚ ਵੀ ਫ੍ਰੈਕਚਰ ਹੈ, ਉਹਦੇ 'ਚ ਵੀ ਉਹਦੀ ਰੋੜ ਪਈ ਹੈ। ਘਰ ਦੇ ਹਾਲਾਤ ਸਰ ਜੋ ਮਤਲਬ ਸੀਗਾ ਹੁਣ ਤੱਕ ਮੇਰੇ ਕੋਲ ਸੀਗਾ ਉਹ ਹਾਲਾਤ ਆ, ਅਤੇ ਕੁਝ ਸਾਡੇ ਮਤਲਬ ਸੀਗੇ ਦੇਵਗਨ ਫੈਮਿਲੀ, ਉਹਨਾਂ ਨੇ ਲਾਈਵ ਵੀਡੀਓ ਪਾਈ ਸੀ ਤਾਂ ਉਹਨਾਂ ਨਾਲ ਸਾਨੂੰ ਸਹਾਇਤਾ ਮਿਲੀ ਸੀ, ਤਾਂ ਜੋ ਮਿਲੀ ਸੀ ਉਹ ਵੀ ਅਸੀਂ ਮਤਲਬ ਇਹਨਾਂ ਦੇ ਇਲਾਜ 'ਤੇ ਹੁਣ ਤੱਕ ਲਾ ਚੁੱਕੇ ਹਾਂ। ਅਤੇ ਅਸੀਂ ਹੁਣ ਚੈੱਕ ਕਰਾਉਣਾ ਸੀਗਾ ਤਾਂ ਵਿੱਚ ਕਰੋਨਾ ਚੱਲ ਗਿਆ ਉਹਦੇ ਕਰਕੇ ਰਹਿ ਗਏ ਜੀ, ਅਤੇ ਹੁਣ ਅਸੀਂ ਚੈੱਕ ਕਰਾਉਣ ਜਾਣਾ ਸੀਗਾ ਤਾਂ ਕੋਈ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਹਾਦਸਾ ਹੋ ਜੂ। ਸਰ ਦਿੱਕਤਾਂ ਤਾਂ ਹੈ ਹੀ ਹੈ, ਹੁਣ ਬੱਚੀਆਂ ਮੇਰੀ ਇਸਾ, ਮੈਂ ਪਰਿਵਾਰ ਸਾਡਾ ਸਵੇਰੇ ਸ਼ਾਮ ਉਹਨਾਂ ਨੂੰ ਯਾਦ ਕਰਦਾ। ਜਿਹੜੀ ਮੇਰੀ ਵਾਈਫ ਸੀ ਉਹ ਮਤਲਬ ਮੇਰੀ ਬੱਚਿਆਂ ਲਈ ਉਹੀ ਅੱਖਾਂ ਸੀ ਉਹਨਾਂ ਦੀ, ਉਹਨਾਂ ਦੀ ਅੱਖਾਂ ਨਾਲ ਹੀ ਮੇਰੇ ਬੱਚੇ ਦੇਖ ਪਾਉਂਦੇ ਸੀਗੇ, ਉਹਨਾਂ ਨਾਲ ਹੀ ਸਭ ਕੁਝ ਸੀਗਾ। ਅਤੇ ਹੁਣ ਉਹੀ ਚਲੇ ਗਏ ਆ ਤਾਂ ਮਤਲਬ ਇੱਕ ਤਰ੍ਹਾਂ ਦਾ ਸਭ ਕੁਝ ਖਤਮ ਹੀ ਲੱਗਦਾ। ਉਹ ਸਵੇਰੇ ਸ਼ਾਮ ਮਤਲਬ ਧੂਫ ਬੱਤੀ ਕਰਦੇ ਸੀ, ਇਹਨਾਂ ਨੂੰ ਸਮਝਾਉਂਦੇ ਸੀ ਕਿ ਰੱਬ ਤੁਹਾਡੀ ਟੈਨਸ਼ਨ ਨਾਲ ਉਹ ਨਿਗਾਹ ਦਿਓਗੇ ਵਾਪਸ, ਅਤੇ ਤੁਸੀਂ ਅੱਖਾਂ ਨਾਲ ਦੇਖ ਪਾਓਗੇ, ਸਾਰੀ ਦੁਨੀਆ ਦੇਖ ਪਾਓਗੇ, ਸਾਨੂੰ ਦੇਖ ਪਾਓਗੇ। ਉਹ ਇਹ ਕਰਦੇ ਹੁਣ ਜਾਣ ਤੋਂ ਬਾਅਦ ਬੱਚਿਆਂ ਦਾ ਮਤਲਬ ਇਹੀ ਮਤਲਬ ਕਹਿੰਦੇ ਕਿ ਫਟਾਫਟ ਕਿ ਰੱਬ ਕੋਲ ਮੰਮੀ ਗਏ ਆ ਤਾਂ ਨਿਗਾਹ ਸਾਡੀ ਲੈ ਕੇ ਜਲਦੀ ਤੋਂ ਜਲਦੀ ਵਾਪਸ ਆਉਣਗੇ। ਮੇਰੇ ਬੱਚਿਆਂ ਨੂੰ ਮਤਲਬ ਸ਼ੁਰੂ ਤੋਂ ਸਿੰਗਿੰਗ ਦਾ ਔਰ ਡਾਂਸਿੰਗ ਦਾ ਵੀ ਸ਼ੌਂਕ ਰਿਹਾ, ਤਾਂ ਜਿਹੜੀ ਮੇਰੀ ਵਾਈਫ ਸੀ ਤਾਂ ਇਹਨਾਂ ਨੂੰ ਧਾਰਮਿਕ ਵਾਲੀ ਜ਼ਿਆਦਾ ਰੱਖਦੇ ਸੀਗੇ, ਤਾਂ ਜੇ ਕੋਈ ਘਰ ਵੀ ਆਉਂਦੇ ਸੀ ਤਾਂ ਬੱਚਿਆਂ ਨੂੰ ਨਮਸਤੇ, ਬੱਚੇ ਉਹਨਾਂ ਨੂੰ ਨਮਸਤੇ ਘੱਟ ਜੈ ਮਾਤਾ ਦੀ ਜ਼ਿਆਦਾ ਕਹਿੰਦੇ ਸੀ, ਅਤੇ ਇਹਨਾਂ ਨੂੰ ਸਿੰਗਿੰਗ ਦਾ ਕਾਫੀ ਸ਼ੌਂਕ ਹੈ ਅਤੇ ਸਿੰਗਿੰਗ ਵਧੀਆ ਕਰ ਲੈਂਦੀਆਂ।
ਅਸੀਂ ਬਲਾਈਂਡ ਸਕੂਲ ਜਿਹਨਾਂ ਦੀ ਐਡਮਿਸ਼ਨ ਕਰਵਾਈ ਹੈ ਤਾਂ ਹੁਣ ਔਨਲਾਈਨ ਪੜ੍ਹਾਈਆਂ ਹੁੰਦੀਆਂ ਤਾਂ ਉਹਦੇ ਵਿੱਚ ਹੀ ਅਸੀਂ ਟੀ ਵੀ ਵਗੈਰਾ ਅਤੇ ਮੋਬਾਈਲ ਵਗੈਰਾ 'ਤੇ ਜਿੰਨਾ ਕੁ ਹੋ ਸਕਦਾ ਉਹਨਾਂ ਨੂੰ ਸਟੱਡੀ ਕਰਾਉਂਦੇ ਰਹਿੰਦੇ ਸੀਗੇ। ਮੇਰੀ ਵਾਈਫ ਹੀ ਮਤਲਬ ਜ਼ਿਆਦਾ ਸਟੱਡੀ ਕਰਾਉਂਦੀ ਸੀ ਇਹਨਾਂ ਨੂੰ। ਸਰ ਮੇਰੀ ਤਾਂ ਅਪੀਲ ਇਹੀ ਹੈ ਕਿ ਬਸ ਮੈਨੂੰ ਪੈਸੇ ਪੂਸੇ ਕੁਛ ਨਹੀਂ ਚਾਹੀਦੇ, ਸਾਨੂੰ ਇਹ ਹੈ ਕਿ ਅਗਰ ਹੋ ਸਕੇ ਤਾਂ ਕੋਈ ਮੇਰੀ ਬੱਚਿਆਂ ਦਾ ਅੱਖਾਂ ਦਾ ਇਲਾਜ ਕਰਾ ਦੇਵੇ। ਬੇਸ਼ੱਕ ਉਹ ਆਉਣ ਸਾਡੇ ਕੋਲ ਇੱਥੇ ਆ ਕੇ, ਬੱਚਿਆਂ ਨੂੰ ਚਾਹੇ ਨਾਲ ਲੈ ਕੇ ਚੱਲਣ, ਅਸੀਂ ਖੁਦ ਚੱਲਾਂਗੇ ਅਤੇ ਜਿੰਨਾ ਹੋ ਸਕੇ ਉਹ ਇਲਾਜ ਕਰਾ ਦੇਣ ਤਾਂ ਕਿ ਮੇਰੀ ਬੱਚਿਆਂ ਦੀ ਨਿਗਾਹ ਵਾਪਸ ਆ ਜਾਵੇ ਅਤੇ ਉਹ ਆਪਣੀ ਅੱਖਾਂ ਨਾਲ ਦੁਨੀਆ ਦੇਖ ਪਾਉਣ। ਸਾਡੀ ਲੱਤਾਂ ਅਤੇ ਅੱਖਾਂ ਜਲਦੀ ਜਲਦੀ ਠੀਕ ਕਰ ਦਿਓ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਅਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਅਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।